ਸਰਬ ਰੋਗ ਕਾ ਔਖਦ ਨਾਮ ਭਾਗ 9 ਬਿਮਾਰੀ। ਪਰਮਾਤਮਾ ਪਰਮ ਆਤਮਾ ਨੂੰ ਬਿਮਾਰੀ ਦਾ ਪਤਾ ਤੱਕ ਨਹੀਂ। ਉਹ ਨਾ ਕਦੇ ਬਿਮਾਰ ਹੋਇਆ ਅਤੇ ਨਾ ਹੋ ਸਕਦਾ ਹੈ। ਜੋ ਆਦਮੀ ਪਰਮਾਤਮਾ ਦੇ ਨੇੜੇ ਨੇੜੇ ਰਹਿਣ ਲੱਗ ਜਾਵੇ, ਉਹ ਵੀ ਬਿਮਾਰੀ ਤਨ ਅਤੇ ਮਨ ਦੋਹਾਂ ਦੀ ਬਿਮਾਰੀ ਤੋਂ ਆਜ਼ਾਦ ਹੋ ਜਾਂਦਾ ਹੈ। ਜੋ ਆਦਮੀ ਪਰਮਾਤਮਾ ਦੇ ਨੇੜੇ ਨੇੜੇ ਰਹਿਣ ਲੱਗ ਪਵੇ, ਉਹ ਵੀ ਬਿਮਾਰੀ ਤਨ ਅਤੇ ਮਨ ਦੋਹਾਂ ਦੀ ਬਿਮਾਰੀ ਤੋਂ ਆਜ਼ਾਦ ਹੋ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਭਾਵ ਦੇ ਗੁਰਵਾਕ ਥਾਂ ਥਾਂ 'ਤੇ ਲਿਖੇ ਹਨ। ਤਿਸ ਕੀ ਸਰਨੀ ਪਰਮ ਨਾ, ਜਿਸ ਜੇਵਡ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ, ਦੁੱਖ ਦਰਦ ਨਾ ਮੁੱਲੇ ਹੋਏ। ਅਕਾਲ ਪੁਰਖ ਦੀ ਸ਼ਰਨੀ ਪਿਆ, ਦੁੱਖ ਦਰਦ ਮੂਲੋਂ ਹੀ ਮਿੱਟ ਜਾਂਦੇ ਹਨ। ਇਨਸਾਨ ਦੁੱਖ ਜਾਂ ਬਿਮਾਰੀ ਤੋਂ ਉੱਤੇ ਹੋ ਜਾਂਦਾ ਹੈ। ਜਿਵੇਂ ਅੰਧੇਰੇ ਦੀ ਤਾਰੀਫ ਚਾਨਣ ਦੀ ਅਣਹੋਂਦ ਹੈ, ਉਵੇਂ ਹੀ ਬਿਮਾਰੀ ਦੀ ਤਾਰੀਫ ਵਾਹਿਗੁਰੂ ਦੀ ਅਣਹੋਂਦ ਹੈ। ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਬਿਮਾਰੀ ਅਤੇ ਦੁੱਖ ਵਾਹਿਗੁਰੂ ਤੋਂ ਬੇਮੁਖਤਾ ਜਾਂ ਦੂਰ ਜਾਣ ਕਰਕੇ ਹੁੰਦੇ ਹਨ। ਪਹਾੜਾਂ ਤੋਂ ਦੂਰ ਜਾਈਏ ਤਾਂ ਗਰਮੀ ਵਿਆਪਦੀ ਹੈ, ਰੱਬ ਤੋਂ ਦੂਰ ਜਾਈਏ ਤਾਂ ਦੁੱਖ ਅਤੇ ਰੋਗ ਵਿਆਪਦੇ ਹਨ। ਗਰਮੀ ਤੋਂ ਬਚਣ ਵਾਸਤੇ ਪਹਾੜਾਂ 'ਤੇ ਚੱਲੇ ਜਾਈਦਾ ਹੈ, ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਰੱਬ ਦੀ ਸ਼ਰਨ ਆਉਣਾ ਚਾਹੀਦਾ ਹੈ। ਪਹਾੜਾਂ 'ਤੇ ਪੁੱਜਿਆਂ ਗਰਮੀ ਬਗੈਰ ਕੋਸ਼ਿਸ਼ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੀ ਸ਼ਰਨ ਆਇਆ ਦੁੱਖ ਦਰਦ ਬਗੈਰ ਕੋਸ਼ਿਸ਼ ਦੇ ਮਗਰੋਂ ਲਹਿ ਜਾਂਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਰੱਬ ਦੀ ਸ਼ਰਨ ਗਿਆ ਦੁੱਖ ਜਾਂ ਬਿਮਾਰੀ ਕਿੱਥੇ ਚਲੇ ਜਾਂਦੇ ਹਨ? ਉੱਥੇ ਹੀ ਜਿੱਥੇ ਚਾਨਣ ਹੋਇਆ ਹਨੇਰਾ ਚਲਾ ਜਾਂਦਾ ਹੈ। ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੁੰਦੀ। ਚਾਨਣ ਦੀ ਗੈਰ ਹਾਜ਼ਰੀ ਦਾ ਨਾਮ ਹਨੇਰਾ ਹੈ। ਇਸੇ ਤਰ੍ਹਾਂ ਬਿਮਾਰੀ ਦੀ ਆਪਣੀ ਕੋਈ ਹਸਤੀ ਨਹੀਂ, ਵਾਹਿਗੁਰੂ ਦੀ ਗੈਰ ਹਾਜ਼ਰੀ ਦਾ ਨਾਮ ਦੁੱਖ ਜਾਂ ਬਿਮਾਰੀ ਹੈ। ਜਿਵੇਂ ਚਾਨਣ ਨੂੰ ਹਨੇਰੇ ਦਾ ਪਤਾ ਨਹੀਂ ਹੁੰਦਾ, ਤਿਵੇਂ ਰੱਬ ਨੂੰ ਬਿਮਾਰੀ ਦਾ ਪਤਾ ਨਹੀਂ। ਹਨੇਰੇ ਦੀ ਕੋਈ ਹਸਤੀ ਹੋਵੇ ਤਾਂ ਚਾਨਣ ਨੂੰ ਪਤਾ ਲੱਗੇ। ਇਸੇ ਤਰ੍ਹਾਂ ਬਿਮਾਰੀ ਦੀ ਜੇ ਕੋਈ ਹਸਤੀ ਹੋਵੇ ਤਾਂ ਰੱਬ ਨੂੰ ਪਤਾ ਲੱਗੇ। ਨਾ ਬਿਮਾਰੀ ਦੀ ਕੋਈ ਹਸਤੀ ਹੈ, ਨਾ ਇਸ ਦਾ ਪਤਾ ਅਕਾਲ ਪੁਰਖ ਨੂੰ ਹੈ। ਚਾਨਣ ਦੀ ਗੈਰ ਹਾਜ਼ਰੀ ਵਿੱਚ ਹਨੇਰਾ ਬੜਾ ਭਿਆਨਕ ਅਤੇ ਸੱਚ ਮਾਲੂਮ ਹੁੰਦਾ ਹੈ, ਪਰ ਤੱਖ ਪਾਸਦਾ ਹੈ। ਇਸੇ ਤਰ੍ਹਾਂ ਦੁੱਖ, ਬਿਮਾਰੀ, ਚਿੰਤਾ, ਇਨਸਾਨ ਦੇ ਤਜਰਬੇ ਦੀਆਂ ਦੁਰਘਟਨਾਵਾਂ, ਰੱਬ ਦੀ ਗੈਰ ਹਾਜ਼ਰੀ ਜਾਂ ਇਨਸਾਨ ਦੀ ਰੱਬ ਵੱਲੋਂ ਬੇਮੁਖਤਾ ਜਾਂ ਰੱਬ ਸੰਬੰਧੀ ਅਗਿਆਨਤਾ ਦੇ ਸਮੇਂ ਵਿੱਚ ਪ੍ਰਤੱਖ, ਭਿਆਨਕ ਅਤੇ ਸੱਚਮੁੱਚ ਭਾਸਦੀਆਂ ਹਨ। ਜਿਨ੍ਹਾਂ ਨੂੰ ਚਾਨਣ ਦਾ ਗਿਆਨ ਹੋਵੇ, ਉਹ ਹਨੇਰੇ ਨੂੰ ਤੁੱਛ ਅਤੇ ਅਸੱਤ ਸਮਝਦੇ ਹਨ। ਹਨੇਰੇ ਅੱਗੇ ਨਿਉਣਾ ਚਾਨਣ ਦੀ ਬੇਅਦਬੀ ਕਰਨਾ ਹੈ। ਦੁੱਖ,
ਰੋਗ ਅਤੇ ਮੁਸੀਬਤ ਅੱਗੇ ਝੁਕਣਾ ਅਕਾਲ ਪੁਰਖ ਦੀ ਹਸਤੀ ਤੋਂ ਮੁਨਕਰ ਹੋਣਾ ਹੈ। ਹਨੇਰਾ ਕਈ ਹਜ਼ਾਰ ਸਾਲ ਦਾ ਪੁਰਾਣਾ ਕਿਉਂ ਨਾ ਹੋਵੇ, ਚਾਨਣ ਦੀ ਇੱਕ ਕਿਰਨ ਸਾਹਮਣੇ ਹਮੇਸ਼ਾ ਲਈ ਉੱਡ ਜਾਂਦਾ ਹੈ। ਦੁੱਖ ਤਕਲੀਫਾਂ ਅਤੇ ਰੋਗ ਕਿਤਨੇ ਪੁਰਾਣੇ ਅਤੇ ਜ਼ਬਰਦਸਤ ਕਿਉਂ ਨਾ ਹੋਣ, ਅਕਾਲ ਪੁਰਖ ਦੇ ਗਿਆਨ ਦੀ ਇੱਕ ਚੰਗਿਆੜੀ ਨਾਲ ਸੜ ਕੇ ਸਦਾ ਲਈ ਸਵਾਹ ਹੋ ਜਾਂਦੇ ਹਨ। ਹਨੇਰੇ ਵਿੱਚ ਠੇਡੇ ਖਾਣ ਵਾਲੇ ਆਦਮੀ ਵਾਸਤੇ ਜਿਵੇਂ ਚਾਨਣ ਦੀ ਬੜੀ ਲੋੜ ਹੈ, ਉਵੇਂ ਦੁੱਖਾਂ ਗਮਾਂ ਅਤੇ ਬਿਮਾਰੀ ਤੋਂ ਤੰਗ ਆਏ ਪੁਰਸ਼ ਵਾਸਤੇ ਰੱਬ ਦੀ ਸ਼ਰਨ ਆਉਣ ਦੀ ਡਾਢੀ ਲੋੜ ਹੈ। ਹਨੇਰੇ ਵਿੱਚ ਚਾਨਣ ਨੂੰ ਭੁਲਾ ਦੇਣਾ ਆਪਣੇ ਆਪ ਨੂੰ ਹਨੇਰੇ ਦਾ ਵਾਸੀ ਬਣਾਉਣਾ ਹੈ। ਦੁੱਖਾਂ ਤਕਲੀਫਾਂ ਅਤੇ ਬਿਮਾਰੀ ਦਾ ਗੁਲਾਮ ਬਣਾਉਣਾ ਹੈ। ਇਹਨਾਂ ਦੇ ਪੰਜੇ ਨੂੰ ਮਜ਼ਬੂਤ ਅਤੇ ਆਪਣੀ ਰਿਹਾਈ ਦੇ ਦਰਵਾਜ਼ੇ ਨੂੰ ਬੰਦ ਕਰਨਾ ਹੈ। ਬਿਮਾਰੀ ਉੱਤੇ ਅੱਧੀ ਫਤਿਹ ਤਾਂ ਉਦੋਂ ਪਾ ਲਈਦੀ ਹੈ ਜਦੋਂ ਉਸਦੀ ਹਸਤੀ ਨੂੰ ਨਾ ਮੰਨੀਏ, ਉਸਦੇ ਡਰ ਨੂੰ ਨੇੜੇ ਨਾ ਆਉਣ ਦੇਈਏ, ਅਤੇ ਬਾਕੀ ਦੀ ਅੱਧੀ ਫਤਿਹ ਉਦੋਂ ਪਾ ਲਈਦੀ ਹੈ ਜਦ ਆਪਣੇ ਮਨ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਇਕਾਗਰ ਕਰ ਦੇਈਏ। ਇਹ ਦੋਵੇਂ ਖੁਸ਼ੀਆਂ ਇਸ ਲੇਖ ਨੂੰ ਕੇਵਲ ਪੜ੍ਹਿਆ ਹੀ ਨਹੀਂ ਆ ਜਾਣਗੀਆਂ, ਇਹਨਾਂ ਦੇ ਹਾਸਲ ਕਰਨ ਲਈ ਅਭਿਆਸ, ਹੌਸਲੇ ਅਤੇ ਇੰਤਜ਼ਾਰ ਦੀ ਜ਼ਰੂਰਤ ਹੈ। ਹਾਂਜੀ, ਇਹ ਦੋਵੇਂ ਖੁਸ਼ੀਆਂ ਇਸ ਲੇਖ ਨੂੰ ਕੇਵਲ ਪੜ੍ਹਦਿਆਂ ਹੀ ਨਹੀਂ ਆ ਜਾਣਗੀਆਂ, ਇਹਨਾਂ ਦੇ ਹਾਸਲ ਕਰਨ ਲਈ ਅਭਿਆਸ, ਹੌਸਲੇ ਅਤੇ ਇੰਤਜ਼ਾਰ ਦੀ ਜ਼ਰੂਰਤ ਹੈ। ਇਨਸਾਨ ਨੂੰ ਜੀਵਨ ਵਿੱਚ ਸਭ ਤੋਂ ਵੱਡਾ ਦੁੱਖ ਬਿਮਾਰੀਆਂ ਦੇ ਕਾਰਨ ਹੁੰਦਾ ਹੈ। ਰੋਗ ਇਨਸਾਨ ਨੂੰ ਭਾਵੇਂ ਉਹ ਬਦਮਾਸ਼ ਹੋਵੇ, ਭਾਵੇਂ ਜਰਨੈਲ, ਭਾਵੇਂ ਕਰੋੜਾਂਪਤੀ ਹੋਵੇ, ਭਾਵੇਂ ਡਾਢਾ ਵਿਦਵਾਨ, ਸਭ ਨੂੰ ਅੱਤ ਦੁਖੀ ਕਰਦਾ ਹੈ। ਇਨਸਾਨ ਨੇ ਆਪਣੇ ਆਪ ਨੂੰ ਸੁਖੀ ਬਣਾਉਣ ਵਾਸਤੇ ਅਨੇਕਾਂ ਕਾਢਾਂ ਕੱਢੀਆਂ, ਪਰ ਬਿਮਾਰੀ ਤੋਂ ਬਚਣ ਵਾਸਤੇ ਇਸ ਦੀਆਂ ਸਭ ਕੋਸ਼ਿਸ਼ਾਂ ਨਿਸਫਲ ਹੋਈਆਂ ਹਨ। ਜਿਉਂ ਜਿਉਂ ਇਨਸਾਨ ਇੱਕ ਕਿਸਮ ਦੀ ਬਿਮਾਰੀ ਦਾ ਕਾਰਗਰ ਇਲਾਜ ਲੱਭਦਾ ਹੈ, ਤਾਂ ਦੂਸਰੀ ਕਿਸਮ ਦੀ ਬਿਮਾਰੀ ਪੈਦਾ ਹੋ ਜਾਂਦੀ ਹੈ। ਅੱਜ ਕੱਲ੍ਹ ਕਈ ਐਸੀਆਂ ਬਿਮਾਰੀਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦਾ ਅੱਜ ਤੋਂ 200 ਸਾਲ ਪਹਿਲਾਂ ਲੋਕਾਂ ਨੂੰ ਪਤਾ ਤੱਕ ਨਹੀਂ ਸੀ। ਅੱਜ ਕੱਲ੍ਹ ਜਿਸ ਘਰ ਵੱਲ ਨਜ਼ਰ ਮਾਰੋ, ਉਸ ਘਰ ਦੀ ਆਮਦਨ ਦਾ ਚੌਥਾ ਹਿੱਸਾ ਦਵਾਈਆਂ ਅਤੇ ਡਾਕਟਰਾਂ ਦੀ ਨਜ਼ਰ ਹੁੰਦਾ ਦੇਖੀਦਾ ਹੈ। ਅਮੀਰਾਂ ਵਾਸਤੇ ਤਾਂ ਫੈਮਿਲੀ ਡਾਕਟਰ ਦਾ ਹੋਣਾ ਇੱਕ ਵੱਡੀ ਜ਼ਰੂਰਤ ਹੋ ਗਿਆ ਹੈ। ਕਈ ਮਿੱਤਰ ਹਰ ਰੋਜ਼ ਕੋਈ ਨਾ ਕੋਈ ਦਵਾਈ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਨ। ਕੀ ਅਮੀਰ ਕੀ ਗਰੀਬ, ਦਵਾਈਆਂ ਅਤੇ ਡਾਕਟਰਾਂ ਤੋਂ ਬਗੈਰ ਅੱਜ ਕੱਲ੍ਹ ਕਿਸੇ ਦਾ ਝੱਟ ਨਹੀਂ ਲੰਘ ਸਕਦਾ। ਅਨੇਕਾਂ ਡਾਕਟਰਾਂ, ਵੈਦਾਂ ਅਤੇ ਅਨੇਕਾਂ ਦਵਾਈਆਂ ਅਤੇ ਇਲਾਜਾਂ ਦੇ ਹੁੰਦੇ ਸੁਣਦੇ ਵੀ ਇਨਸਾਨ ਨੂੰ ਰੋਗਾਂ ਜਾਂ ਬਿਮਾਰੀਆਂ ਦੇ ਪੰਜੇ ਵਿੱਚ ਫਸਿਆ ਅਤੇ ਅਧੀਨ ਹਾਲਤ ਵਿੱਚ ਦੇਖ ਕੇ ਦਿਲ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਦੁਰਘਟਨਾ ਦਾ ਕੋਈ ਇਲਾਜ ਨਹੀਂ? ਕੀ ਇਨਸਾਨ ਰਾਮ ਦੀ ਅੰਸ਼ ਦਾ, ਰੱਬ ਦਾ ਪੁੱਤਰ ਹੁੰਦਿਆਂ ਹੋਇਆਂ ਵੀ
ਬਿਮਾਰੀਆਂ ਦੇ ਪੰਜੇ ਵਿੱਚ ਇਸੇ ਤਰ੍ਹਾਂ ਬੇਬਸ ਅਤੇ ਲਾਚਾਰ ਰਹੇਗਾ? ਇਸ ਸਵਾਲ ਦਾ ਉੱਤਰ ਸਿਵਾਏ ਧਰਮ ਦੇ ਦੁਨੀਆ ਦੇ ਕਿਸੇ ਪਾਸੇ ਵੱਲੋਂ ਵੀ ਤਸੱਲੀ ਬਖਸ਼ ਨਹੀਂ ਮਿਲਦਾ। ਜਿੱਥੇ ਦੁਨੀਆ ਦੇ ਸਰੀਰਕ ਡਾਕਟਰਾਂ ਨੇ ਬਿਮਾਰੀਆਂ ਦਾ ਇਨਸਾਨੀ ਜੀਵਨ ਵਾਸਤੇ ਜ਼ਰੂਰੀ ਹੋਣਾ ਤਸਲੀਮ ਕਰ ਦਿੱਤਾ ਅਤੇ ਬਿਮਾਰੀਆਂ ਨੂੰ ਦਵਾਈਆਂ ਨਾਲ ਰਾਜ਼ੀ ਕਰਨ ਦੀ ਕੋਸ਼ਿਸ਼ ਤੋਂ ਛੁੱਟ ਬਿਮਾਰੀਆਂ ਦਾ ਹੋਰ ਕੋਈ ਇਲਾਜ ਨਹੀਂ ਸਮਝਦੇ, ਉੱਥੇ ਆਤਮਕ ਜਾਂ ਧਾਰਮਿਕ ਪੁਰਸ਼ਾਂ ਨੇ ਬਿਮਾਰੀਆਂ ਸੰਬੰਧੀ ਆਪਣੇ ਖੋਜ ਦਾ ਸਿੱਟਾ ਇਸ ਪ੍ਰਕਾਰ ਦੱਸਿਆ ਹੈ ਕਿ ਇਨਸਾਨ ਦੇ ਆਪਣੇ ਅੰਦਰ ਇੱਕ ਐਸੀ ਮਹਾਂਸ਼ਕਤੀ ਰਹਿੰਦੀ ਹੈ ਜਿਸ ਨੂੰ ਲੱਭ ਕੇ ਅਤੇ ਵਰਤ ਕੇ ਉਹ ਸਭ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਆਜ਼ਾਦ ਹੋ ਸਕਦਾ ਹੈ। ਇਹ ਮਹਾਂਸ਼ਕਤੀ ਉਸਦੇ ਅੰਦਰ ਉਸੇ ਤਰ੍ਹਾਂ ਲੁਕੀ ਪਈ ਹੈ ਜਿਵੇਂ ਲੱਕੜੀ ਅੰਦਰ ਅੱਗ ਲੁਕੀ ਹੁੰਦੀ ਹੈ। ਇਸ ਤਰ੍ਹਾਂ ਮਹਾਂਸ਼ਕਤੀ ਨੂੰ ਲੁਕੀ ਹਾਲਤ ਤੋਂ ਪ੍ਰਤੱਖ ਹਾਲਤ ਮੈਨੀਫੈਸਟੇਸ਼ਨ ਵਿੱਚ ਗੁਰੂ ਦੀ ਮਦਦ ਨਾਲ ਲਿਆਇਆ ਜਾ ਸਕਦਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਦ ਇਨਸਾਨ ਨੂੰ ਇਸ ਮਹਾਂਸ਼ਕਤੀ ਦਾ ਪਤਾ ਲੱਗ ਜਾਂਦਾ ਹੈ ਅਤੇ ਇਸ ਨੂੰ ਵਰਤਣ ਦਾ ਵੱਲ ਆ ਜਾਵੇ, ਤਦ ਇਸ ਸ਼ਕਤੀ ਦੇ ਜ਼ਰੀਏ ਉਹ ਆਪਣੀਆਂ ਬਿਮਾਰੀਆਂ ਦੂਰ ਕਰ ਸਕਦਾ ਹੈ। ਬਿਮਾਰੀਆਂ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਹੱਲ ਕਰ ਸਕਦਾ ਹੈ। ਇਹ ਸ਼ਕਤੀ ਉਸਦੇ ਨਾਲ ਘਰ ਬਾਹਰ ਹਰ ਜਗ੍ਹਾ ਅੰਗ ਸੰਗ ਰਹਿੰਦੀ ਹੈ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ। ਜੇ ਇਨਸਾਨ ਨੂੰ ਇਸ ਮਹਾਂਸ਼ਕਤੀ ਨੂੰ ਠੀਕ ਵਰਤਣ ਦਾ ਵੱਲ ਆ ਜਾਵੇ ਤਾਂ ਇਹ ਸ਼ਕਤੀ ਉਸਦੇ ਸਭ ਕੰਮ ਸਵਾਰਦੀ ਹੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠਦਾ ਵੈ। ਇਨਸਾਨ ਨੂੰ ਜੇਕਰ ਆਪਣੀ ਅੰਦਰਲੀ ਮਹਾਂਸ਼ਕਤੀ ਦਾ ਪਤਾ ਲੱਗ ਜਾਵੇ ਤਾਂ ਤਨ ਜਾਂ ਮਨ ਦੇ ਕੋਈ ਰੋਗ ਪੋ ਨਹੀਂ ਸਕਦੇ, ਉਹ ਸਭ ਦੁੱਖਾਂ ਤੋਂ ਉੱਚਾ ਹੋ ਜਾਂਦਾ ਹੈ। ਤਿਸ ਕੀ ਸਰਨ ਪਰ ਮਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ, ਦੁੱਖ ਦਰਦ ਨਾ ਮੂਲੇ ਹੋਏ। ਨਾਮ ਔਖਦ ਜਹ ਹਿਰਦੈ ਹਿਤਾਵੈ, ਤਾਂ ਹੀ ਰੋਗ ਸੁਪਨੇ ਨਹੀਂ ਆਵੈ। ਹਰ ਔਖਦ ਸਭ ਘਟ ਹੈ ਭਾਈ, ਗੁਰਪੂਰੇ ਬਿਨ ਬਿਧ ਨਾ ਬਣਾਈ। ਗੁਰਪੂਰੈ ਸੰਜਮ ਕਰ ਦੀਆ, ਨਾਨਕ ਤੋਂ ਫਿਰ ਦੁੱਖ ਨਾ ਥੀਆ। ਸਾਨੂੰ ਪਤਾ ਹੈ ਕਿ ਹਜ਼ਰਤ ਮਸੀਹ ਜੀ ਅਨੇਕਾਂ ਬਿਮਾਰਾਂ ਨੂੰ ਵਾਹਿਗੁਰੂ ਦੀ ਸ਼ਕਤੀ ਨਾਲ ਰਾਜ਼ੀ ਕਰਿਆ ਕਰਦੇ ਸੀ। ਸਾਨੂੰ ਇਹ ਵੀ ਪਤਾ ਹੈ ਕਿ ਗੁਰੂ ਘਰ ਵਿੱਚ ਵਾਹਿਗੁਰੂ ਦੀ ਸ਼ਕਤੀ ਨਾਲ ਗੁਰੂ ਸਾਹਿਬਾਨ ਬਿਮਾਰਾਂ ਨੂੰ ਰਾਜ਼ੀ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਦੇ ਆਪਣੇ ਸਪੁੱਤਰ ਹਰਗੋਬਿੰਦ ਜੀ ਨੂੰ ਚੀਚਕ ਮਾਤਾ ਦੀ ਬਿਮਾਰੀ ਤੋਂ ਵਾਹਿਗੁਰੂ ਸ਼ਕਤੀ ਨਾਲ ਰਾਜ਼ੀ ਕਰਨ ਸੰਬੰਧੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਵੀ ਮੌਜੂਦ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ 'ਤੇ ਲਿਖਿਆ ਹੈ ਕਿ ਵਾਹਿਗੁਰੂ ਦੀ ਸ਼ਰਨ ਪਿਆਂ ਇਨਸਾਨ ਦੇ ਸਰਬ ਪ੍ਰਕਾਰ ਦੇ ਤਨ ਦੇ ਦੁੱਖ ਨਿਵਰਤ ਹੋ ਜਾਂਦੇ ਹਨ।
ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਛੋਗਿਰਦ ਹਮਾਰੈ ਰਾਮਕਾਰ ਦੁੱਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਇਹ ਕਾਲ ਵਲਾਈ ਰਾਖ ਲੀਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਾਹਿਗੁਰੂ ਦੀ ਸ਼ਰਨ ਪਿਆ ਗੁਰੂ ਸਾਹਿਬਾਨ ਦੇ ਵੇਲੇ ਹੀ ਇਨਸਾਨ ਦੇ ਦੁੱਖ ਨਹੀਂ ਸਨ ਨਿਵਿਰਤ ਹੋ ਸਕਦੇ ਸਗੋਂ ਇਹ ਵਾਹਿਗੁਰੂ ਦਾ ਸਦੀਵੀ ਸੁਪਾਹ ਹੈ ਕਿ ਉਸਦੀ ਜੋ ਵੀ ਜਦੋਂ ਵੀ ਸ਼ਰਨ ਪਵੇ ਉਸਦੇ ਵਾਹਿਗੁਰੂ ਦੁੱਖ ਦੂਰ ਕਰਦਾ ਹੈ। ਅੱਜ ਕੱਲ੍ਹ ਵੀ ਜਿਸ ਆਦਮੀ ਨੂੰ ਵਾਹਿਗੁਰੂ ਦੇ ਸੁਭਾਅ ਦਾ ਪੂਰਾ ਪਤਾ ਹੋਵੇ ਉਹ ਵਾਹਿਗੁਰੂ ਦੀ ਅਪਾਰ ਸ਼ਕਤੀ ਤੋਂ ਉਸੇ ਤਰ੍ਹਾਂ ਲਾਭ ਉਠਾ ਸਕਦਾ ਹੈ ਜਿਵੇਂ ਬਿਜਲੀ ਦਾ ਇੰਜੀਨੀਅਰ ਬਿਜਲੀ ਤੋਂ ਅਨੇਕਾਂ ਪ੍ਰਕਾਰ ਦੇ ਲਾਭ ਉਠਾ ਸਕਦਾ ਹੈ। ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜਦ ਸਿੱਖ ਦਾ ਵਿਸ਼ਵਾਸ ਵਾਹਿਗੁਰੂ ਵਿੱਚ ਖਿੜ ਕੇ ਵਾਹਿਗੁਰੂ ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜਦ ਸਿੱਖ ਦਾ ਵਿਸ਼ਵਾਸ ਵਾਹਿਗੁਰੂ ਵਿੱਚ ਥਿੜਕੇ ਜਾਂ ਡੋਲੇ ਤਾਂ ਵਾਹਿਗੁਰੂ ਸਿੱਖ ਉੱਤੇ ਨਾਰਾਜ਼ ਨਹੀਂ ਹੁੰਦਾ ਸਗੋਂ ਸਿੱਖ ਦੀ ਦੁਨਿਆਵੀ ਤਰੀਕਿਆਂ ਵਿੱਚ ਹੀ ਸਹਾਇਤਾ ਅਤੇ ਅਗਵਾਈ ਕਰਦਾ ਹੈ। ਇੱਕ ਵਾਰੀ ਮੇਰੇ ਕੰਨ ਪੀੜ ਹੋਣ ਲੱਗ ਪਈ ਅਤੇ ਇਤਨੀ ਵੱਧ ਗਈ ਕਿ ਮੈਥੋਂ ਆਰਾਮ ਨਾਲ ਬੈਠਿਆ ਵੀ ਨਾ ਜਾਵੇ। ਮੈਂ ਇਸ ਹਾਲਤ ਵਿੱਚ ਸਿਮਰਨ ਅਭਿਆਸ ਵਿੱਚ ਬੈਠ ਗਿਆ ਤਾਂ ਪੀੜ ਨੂੰ ਬਿਲਕੁਲ ਆਰਾਮ ਆ ਗਿਆ, ਪਰ ਜਦ ਮੈਂ ਅਭਿਆਸ ਤੋਂ ਉੱਠਿਆ ਤਾਂ ਫਿਰ ਦਰਦ ਸ਼ੁਰੂ ਹੋ ਗਈ। 2-3 ਦਿਨ ਇਹੋ ਹਾਲ ਹੋਇਆ ਕਿ ਅਭਿਆਸ ਵਿੱਚ ਬੈਠਿਆਂ ਪੀੜ ਦੀਆਂ ਚੀਸਾਂ ਬੰਦ ਹੋ ਜਾਣ ਪਰ ਅਭਿਆਸ ਮਗਰੋਂ ਫਿਰ ਸ਼ੁਰੂ ਹੋ ਜਾਣ। ਅਖੀਰ ਮੈਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਕਿਉਂਕਿ ਮੈਂ ਆਪਣੇ ਵਿਸ਼ਵਾਸ ਦੀ ਔਣਤਾਂ ਦੇ ਕਾਰਨ ਆਪਣੀ ਤਕਲੀਫ ਨੂੰ ਬਗੈਰ ਕਿਸੇ ਇਨਸਾਨੀ ਸਹਾਇਤਾ ਦੇ ਦੂਰ ਨਹੀਂ ਕਰ ਸਕਿਆ, ਤੂੰ ਮੇਰੀ ਅਗਵਾਈ ਕਰ ਅਤੇ ਦੱਸ ਕਿ ਮੈਂ ਹੁਣ ਕਿਸ ਡਾਕਟਰ ਹਕੀਮ ਪਾਸ ਜਾਵਾਂ। ਇਸ ਅਰਦਾਸ ਦੇ ਜਵਾਬ ਵਿੱਚ ਵਾਹਿਗੁਰੂ ਵੱਲੋਂ ਬੜਾ ਅਜੀਬ ਜਵਾਬ ਆਇਆ, ਜਿਸ ਦਾ ਭਾਵ ਇਹ ਸੀ ਕਿ ਜੇ ਤੇਰਾ ਵਿਸ਼ਵਾਸ ਮੇਰੇ ਵਿੱਚ ਅਜੇ ਪੂਰਾ ਦ੍ਰਿੜ ਨਹੀਂ ਹੋਇਆ ਤਾਂ ਕੋਈ ਡਰ ਨਹੀਂ, ਮੈਂ ਹਰ ਹਾਲਤ ਵਿੱਚ ਤੇਰੇ ਨਾਲ ਰਹਾਂਗਾ ਅਤੇ ਆਪਣੇ ਮੁਹੱਲੇ ਦੇ ਸਭ ਤੋਂ ਨਜ਼ਦੀਕ ਡਾਕਟਰ ਪਾਸ ਚਲਾ ਜਾ। ਮੇਰੇ ਨਜ਼ਦੀਕ ਰਹਿਣ ਵਾਲਾ ਡਾਕਟਰ ਮੁਹੱਲੇ ਵਿੱਚ ਬੜਾ ਮਾਮੂਲੀ ਡਾਕਟਰ ਗਿਣਿਆ ਗਿਆ ਸੀ ਅਤੇ ਆਮ ਲੋਕਾਂ ਦਾ ਉਸ ਵਿੱਚ ਨਿਸ਼ਚਾ ਨਹੀਂ ਸੀ, ਪਰ ਮੈਂ ਜਾਣਦਾ ਸੀ ਕਿ ਰਾਜ਼ੀ ਤਾਂ ਮੈਨੂੰ ਮੇਰੇ ਅੰਦਰ ਦੇ ਡਾਕਟਰ ਨੇ ਹੀ ਕਰਨਾ ਹੈ, ਬਾਹਰਲੇ ਡਾਕਟਰ ਦਾ ਤਾਂ ਐਵੇਂ ਬਹਾਨਾ ਹੀ ਹੈ। ਇਸ ਲਈ ਮੈਂ ਫੌਰਨ ਉਸੇ ਡਾਕਟਰ ਪਾਸ ਚਲਾ ਗਿਆ। ਉਸ ਡਾਕਟਰ ਨੇ ਮੇਰੇ ਕੰਨਾਂ ਵਿੱਚ ਇੱਕ ਦਵਾਈ ਪਾਈ ਜਿਸ ਨਾਲ ਮੇਰੀ ਦਰਦ ਨੂੰ 5-7 ਮਿੰਟਾਂ ਵਿੱਚ ਆਰਾਮ ਆ ਗਿਆ। ਵਾਹਿਗੁਰੂ ਦੀ ਅਪਾਰ ਸ਼ਕਤੀ ਸਾਡੇ ਸਾਰੇ ਕੰਮ ਸੁਵਾਰਨ ਲਈ ਸਦਾ ਸਾਡੇ ਅੰਗ ਸੰਗ ਰਹਿੰਦੀ ਹੈ। ਇਸ ਤੋਂ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਸਾਨੂੰ ਇਸ ਸ਼ਕਤੀ ਦਾ ਪਤਾ ਹੋਵੇ ਅਤੇ ਇਸ 'ਤੇ ਪੂਰਨ ਵਿਸ਼ਵਾਸ ਹੋਵੇ। ਮੈਨੂੰ ਕਿੰਨੇ ਅੰਗਰੇਜ਼ ਅਤੇ ਹਿੰਦੁਸਤਾਨੀ ਖਾਨਦਾਨਾਂ ਦਾ ਪਤਾ ਹੈ ਜੋ ਇਸ ਮਾਦਾ ਪ੍ਰਸਤੀ ਦੇ ਸਮੇਂ ਵਿੱਚ ਵੀ
ਬਿਮਾਰੀਆਂ ਵਿੱਚ ਡਾਕਟਰਾਂ ਅਤੇ ਦਵਾਈਆਂ ਦੀ ਸ਼ਰਨ ਲੈਣ ਦੀ ਬਜਾਏ ਕਰਤਾਰ ਦੀ ਸ਼ਰਨ ਲੈਂਦੇ ਅਤੇ ਵਾਹਿਗੁਰੂ ਦੀ ਸ਼ਕਤੀ ਨਾਲ ਆਪਣੀਆਂ ਬਿਮਾਰੀਆਂ ਅਤੇ ਆਪਣੇ ਪਰਿਵਾਰ ਦੀਆਂ ਬਿਮਾਰੀਆਂ ਰਾਜ਼ੀ ਕਰਦੇ ਹਨ। ਮੇਰੇ ਆਪਣੇ ਘਰ ਵਿੱਚ ਬਿਮਾਰੀ ਦੇ ਸਮੇਂ ਦਵਾਈਆਂ ਅਤੇ ਡਾਕਟਰ ਆਮ ਕਰਕੇ ਨਹੀਂ ਆਉਂਦੇ। ਜਿਸ ਦਿਨ ਤੋਂ ਮੈਨੂੰ ਗੁਰੂ ਕਰਤਾਰ ਦੀ ਸ਼ਕਤੀ ਦਾ ਪਤਾ ਲੱਗਾ ਹੈ ਅਤੇ ਉਸ 'ਤੇ ਵਿਸ਼ਵਾਸ ਵਧਿਆ ਹੈ, ਉਸ ਦਿਨ ਤੋਂ ਮੈਂ ਦੇਖਦਾ ਹਾਂ ਕਿ ਅਵਲ ਤਾਂ ਮੇਰੇ ਘਰ ਵਿੱਚ ਬਿਮਾਰੀ ਆਉਂਦੀ ਹੀ ਨਹੀਂ, ਪਰ ਜੇਕਰ ਕਦੀ ਕਦਾਈ ਆ ਜਾਵੇ ਤਾਂ ਬਗੈਰ ਡਾਕਟਰਾਂ ਅਤੇ ਦਵਾਈਆਂ ਦੀ ਸਹਾਇਤਾ ਦੇ ਅਰਦਾਸਾਂ ਕਰਨ ਨਾਲ ਹੀ ਰਾਜ਼ੀ ਹੋ ਜਾਂਦੀ ਹੈ, ਕਿਉਂਕਿ ਮੈਂ ਅਜੇ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਪੂਰਨ ਸਿੱਖ ਨਹੀਂ ਬਣ ਸਕਿਆ ਅਤੇ ਵਾਹਿਗੁਰੂ ਵਿੱਚ ਮੇਰਾ ਵਿਸ਼ਵਾਸ ਅਜੇ ਵੀ ਕਈ ਵਾਰ ਡੋਲ ਜਾਂਦਾ ਹੈ। ਇਸ ਲਈ ਪਿਛਲੇ ਕਈ ਵਰ੍ਹਿਆਂ ਅੰਦਰ 2-3 ਵਾਰੀ ਮੈਨੂੰ ਆਪਣੇ ਅਤੇ ਆਪਣੇ ਪਰਿਵਾਰ ਸੰਬੰਧੀ ਡਾਕਟਰਾਂ ਪਾਸ ਜਾਣਾ ਪਿਆ ਹੈ, ਪਰ ਮੈਂ ਵਾਹਿਗੁਰੂ ਸ਼ਕਤੀ ਨੂੰ ਇੱਥੇ ਵੀ ਆਪਣੀ ਠੀਕ ਅਗਵਾਈ ਕਰਦੇ ਦੇਖਿਆ ਹੈ। ਮੈਨੂੰ ਹਮੇਸ਼ਾ ਐਸੇ ਡਾਕਟਰਾਂ ਪਾਸ ਹੀ ਲੈ ਜਾਇਆ ਜਾਂਦਾ ਹੈ ਜਿਨ੍ਹਾਂ ਦੀ ਪਹਿਲੀ ਦਵਾਈ ਨਾਲ ਹੀ ਅਸੀਂ ਰਾਜ਼ੀ ਹੋ ਜਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।